ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਡਾ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਬੈਲ ਆਈਕਨ ਨੂੰ ਦਬਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਸ ਦੇ ਨਾਲ ਹੀ ਤੁਹਾਨੂੰ ਜਿਹੜੀ ਨੋਟੀਫਿਕੇਸ਼ਨ ਹੈ ਵੀਡੀਓ ਦੂਸਰੇ ਟਾਈਮ ਮਿਲਦੀ ਹੈ ਜਿਸ ਟਾਈਮ ਵੀਡੀਓ ਨੂੰ ਅਪਲੋਡ ਕੀਤਾ ਜਾਂਦਾ ਹੈ ਸੋ ਵੀਡੀਓ ਨੂੰ ਪੂਰਾ ਹੀ ਦੇਖਿਓ ਤਾਂ ਕਿ ਹਰ ਤਰ੍ਹਾਂ ਦੀ ਜਿਹੜੀ ਖਬਰ ਹੈ ਜੀ ਉਸ ਤੋਂ ਤੁਸੀਂ ਰੋਬਰੂ ਹੋ ਸਕੋ ਅੱਜ ਆਪਾਂ ਸ਼ੁਰੂਆਤ ਜਿਹੜੀ ਫਰਾਂਸ ਦੀ ਇੱਕ ਨਿਊਜ਼ ਦੇ ਨਾਲ ਕਰਾਂਗੇ ਫਰਾਂਸ ਦੇ ਵਿੱਚ ਕੀ ਹੋਇਆ ਕਿ ਜ ਇਨਨ ਇਹ ਦੱਸਿਆ ਕਿ ਜਦੋਂ ਰੂਸ ਦਾ ਯੁੱਧ ਯੂਕਰੇਨ ਦੇ ਨਾਲ ਲੱਗਿਆ ਸੀ ਤੇ ਉਸ ਟਾਈਮ ਰੂਸ ਦੇ ਵਿੱਚ ਸਰਕਾਰੀ ਜਿਹੜਾ ਉੱਥੋਂ ਦਾ ਟੀਵੀ ਹੈ ਉਹਦੇ ਉੱਤੇ ਇੱਕ ਪ੍ਰੋਗਰਾਮ ਚੱਲ ਰਿਹਾ ਸੀ ਸਮਾਚਾਰ ਪ੍ਰੋਗਰਾਮ ਆਪਾਂ ਇਸ ਨੂੰ ਕਹਿ ਸਕਦੇ ਹਾਂ ਉਹਦੇ ਵਿੱਚ ਇੱਕ ਮਹਿਲਾ ਪ੍ਰਦਰਸ਼ਨਕਾਰੀ ਨੇ ਕੀ ਕੀਤਾ ਸੀ ਕਿ ਉਸ ਪ੍ਰੋਗਰਾਮ ਦੇ ਵਿੱਚ ਇਸ ਚੀਜ਼ ਦਾ ਵਿਰੋਧ ਕੀਤਾ ਸੀ ਕਿ ਜਿਹੜਾ ਰੂਸ ਹੈ ਇਹ ਗਲਤ ਕਰ ਰਿਹਾ ਹੈ ਇਸ ਮਹਿਲਾ ਦਾ ਨਾਮ ਮਰੀਨਾ ਉਸ ਜਾਨੀ ਕੋਵਾ ਸੀ ਹੁਣ ਇਹਦੇ ਵਿੱਚ ਜਿਹੜੀ ਵੱਡੀ ਗੱਲ ਦੱਸਣ ਵਾਲੀ ਗੱਲ ਇਹ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰਨ ਜਦੋਂ ਇਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇਸ ਔਰਤ ਨੇ ਜਿਹੜਾ ਰੂਸ ਦਾ ਵਿਰੋਧ ਕੀਤਾ ਹੈ ਤੇ ਇਹਨਾਂ ਨੇ ਇਸ ਔਰਤ ਨੂੰ ਕੀ ਕੀਤਾ ਕਿ ਉੱਥੇ ਔਰਤ ਨੂੰ ਕਿਹਾ ਹੈ ਕਿ ਤੁਸੀਂ ਫਰਾਂਸ ਦੇ ਵਿੱਚ ਆ ਕੇ ਰਹਿ ਸਕਦੇ ਅਸੀਂ ਤੁਹਾਨੂੰ ਜਿਹੜੀ ਸੁਰੱਖਿਆ ਹੈ ਉਹ ਵੀ ਦੇਵਾਂਗੇ ਤੇ ਤੁਸੀਂ ਇੱਥੇ ਆ ਕੇ ਆਪਣੀ ਸ਼ਰਨ ਵੀ ਲੈ ਸਕਦੇ ਹੋ ਜਿਹੜੀ ਨੈਕਸਟ ਖਬਰ ਹੈ ਜੀ ਉਹ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਸਾਹਿਬ ਦੇ ਨਾਲ ਸੰਬੰਧਿਤ ਹੈ ਇਹਦੇ ਵਿੱਚ ਜ਼ੇਲੈਂਸਕੀ ਨੇ ਇਹ ਕਿਹਾ ਹੈ ਕਿ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਪਤਾ ਲੱਗ ਚੁੱਕਾ ਹੈ ਕਿ ਉਹ NATO ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ ਇਹਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਾਨੂੰ ਜਿਹੜੇ ਸੱਚ ਨੂੰ ਪਛਾਣਨਾ ਚਾਹੀਦਾ ਹੈ ਦੂਨੋ ਨੇ ਕਿਹਾ ਕਿ ਸਾਡੇ ਯੂਕਰੇਨ ਦੇ ਲੋਕਾਂ ਨੂੰ ਇਸ ਗੱਲ ਦੀ ਹੁਣ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹਨਾਂ ਨੂੰ ਸੱਚ ਦਾ ਪਤਾ ਲੱਗ ਚੁੱਕਾ ਹੈ ਕਿ ਉਹ NATO ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ। ਬਾਕੀ ਇਹਦੇ ਨਾਲ ਹੀ ਜਲੇਨਸਕੀ ਜਿਹੜੇ ਪੱਛਮੀ ਸਹਿਯੋਗੀ ਦੇਸ਼ ਹਨ ਇਹਨਾਂ ਤੋਂ ਇੱਕ ਵਾਰ ਫਿਰ ਮੰਗ ਕੀਤੀ ਹੈ ਕਿ ਯੂਕਰੇਨ ਨੂੰ ਜਿਹੜੇ ਜੰਗੀ ਜਹਾਜ਼ਾਂ ਉਪਲਬਧ ਕਰਵਾਏ ਜਾਣ। ਬਾਕੀ ਤੁਹਾਨੂੰ ਇੱਥੇ ਵੀ ਦੱਸ ਦਈਏ ਕਿ ਜਿਹੜਾ ਅੱਜ ਰੂਸ ਔਰ ਯੂਕਰੇਨ ਦਾ ਯੁੱਧ ਚੱਲ ਰਿਹਾ ਹੈ ਇਹਦੇ ਵਿੱਚ ਜਿਹੜਾ ਯੂਕਰੇਨ ਜ਼ਿੱਦ ਕਰ ਰਿਹਾ ਸੀ ਕਿ ਉਹ NATO ਦਾ ਮੈਂਬਰ ਬਣਨਾ ਚਾਹੁੰਦਾ ਹੈ ਤੇ ਰੂਸ ਉਸ ਨੂੰ ਕਹਿ ਰਿਹਾ ਸੀ ਕਿ ਤੂੰ NATO ਦੇ ਵਿੱਚ ਐਂਟਰੀ ਨਾ ਕਰ। بس ਇਸੇ ਗੱਲ ਤੋਂ ਜਿਹੜਾ ਯੁੱਧ ਸ਼ੁਰੂ ਹੋਇਆ ਹੈ ਜਿਹੜੀ ਨੈਕਸਟ ਖਬਰ ਆਪਣੀ ਇਟਲੀ ਦੇ ਨਾਲ ਸਬੰਧਤ ਟੈਲਿਨ ਆਰਮੀ ਹੁਣ ਇਹਦੇ ਨਾਲ ਜਿਹੜੀ ਇਹ ਸਬੰਧਤ ਖਬਰ ਹੈ ਇਹਦੇ ਵਿੱਚ ਕੀ ਹੋਇਆ ਕਿ ਜਿਹੜਾ ਜਨਰਲ ਸਟਾਫ ਹੈ ਜੀ ਇਟਲੀ ਦਾ ਇਹਦੇ ਵੱਲੋਂ ਟੈਲਿਨ ਆਰਮੀ ਦੇ ਬਾਰੇ ਇੱਕ ਜਿਹੜਾ ਨੋਟੀਫਿਕੇਸ਼ਨ ਸਰਕੂਲਰ ਜਾਰੀ ਕੀਤਾ ਗਿਆ ਹੈ ਇਹ ਜਨਰਲ ਸਟਾਫ ਮਤਲਬ ਜਿਹੜਾ ਟੈਲਿਨ ਆਰਮੀ ਦਾ ਹੈ ਉਸ ਦੀ ਆਪਾਂ ਗੱਲ ਕਰ ਰਹੇ ਹਾਂ ਇਹਨਾਂ ਨੇ ਕੀ ਕੀਤਾ ਕਿ ਜਿੰਨੀ ਵੀ ਇਟਲੀ ਦੇ ਵਿੱਚ ਆਰਮੀ ਹੈ ਮਿਲਟਰੀ ਹੈ ਇਹਨਾਂ ਨੂੰ ਦੱਸ ਦਿੱਤਾ ਹੈ ਕਿ ਜਿਹੜੀਆਂ ਜਿੰਨੀਆਂ ਵੀ ਆਰਮਡ ਫੋਰਸਿਸ ਹਨ ਇਹਨਾਂ ਨੂੰ ਜਿਹੜਾ ਅਲਰਟ ਦੇ ਉੱਤੇ ਕਰ ਦਿੱਤਾ ਗਿਆ ਹੈ ਮਤਲਬ ਜਿਹੜਾ ਇਹਨਾਂ ਦਾ ਸਟੇਟਸ ਹੋਇਆ ਗਿਆ ਅਲਰਟ ਕਰ ਦਿੱਤਾ ਗਿਆ ਹੈ ਇਹਦੇ ਨਾਲ ਹੀ ਜਿਹੜਾ ਇਹਨਾਂ ਨੇ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਵਾਰ ਫਾਈਟਿੰਗ ਟ੍ਰੇਨਿੰਗ ਤੇ ਅਟੈਂਸ਼ਨ ਜਿਹੜੀ ਹੈ ਜੀ ਐਫੀਸ਼ੀਐਂਸੀ ਜਿਹੜੀ ਹੁੰਦੀ ਹੈ ਜਿੱਦਾਂ ਕਿ ਟਰੈਕਟਡ ਵਹੀਕਲ ਵਗੈਰਾ ਹੋ ਗਏ ਹੈਲੀਕਾਪਟਰ ਹੋ ਗਏ ਤੇ ਇਸ ਤੋਂ ਇਲਾਵਾ ਜਿਹੜੇ ਆਰਟੀਲਰੀ ਵੈਪਨ ਸਿਸਟਮ ਹੁੰਦਾ ਹੈ ਇਹਨਾਂ ਦੇ ਉੱਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ ਤੇ ਇਹਦੀ ਜਿਹੜੀ ਪ੍ਰੈਕਟਿਸ ਵਗੈਰਾ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਮਤਲਬ ਜੇ ਸਿੱਧੇ ਸ਼ਬਦਾਂ ਵਿੱਚ ਤੁਹਾਨੂੰ ਦਸੀਏ ਤਾਂ ਜਿਹੜੀ ਇਟਲੀ ਹੈ ਜਿਸ ਨੇ ਆਪਣੀ ਤਿਆਰੀ ਯੁੱਧ ਵਾਲੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਹੁਣੇ ਤਿਆਰੀ ਇਟਲੀ ਨੇ ਯੁੱਧ ਵਾਲੀ ਸ਼ੁਰੂ ਕਿਉਂ ਕੀਤੀ ਹੈ ਤੁਸੀਂ ਆਪਣੇ ਆਪ ਹੀ ਜਾਣ ਸਕਦੇ ਹੋ ਕਿ ਜਿਹੜੀ ਮੁਸੀਬਤ ਹੈ ਜੀ ਕਦੇ ਵੀ ਕੁਝ ਨਾ ਕੁਝ ਕਰ ਸਕਦੀ ਹੈ ਕਿਸੇ ਪਾਸੇ ਵੀ ਮੁਸੀਬਤ ਆ ਸਕਦੀ ਹੈ ਤੇ ਜਿੱਦਾਂ ਕਿ ਦੱਸਿਆ ਵੀ ਜਾ ਰਿਹਾ ਹੈ ਕਿ ਥੋੜਾ ਇਸ ਵੇਲੇ ਜਿਹੜਾ ਖਤਰਾ ਹੈ ਵਿਸ਼ਵ ਯੁੱਧ ਦਾ ਤੇ ਜੇ ਆਪਾਂ ਸਾਰੇ ਦੇਸ਼ਾਂ ਦੇ ਵਿੱਚ ਦੇਖੀਏ ਜੇ ਹਰ ਦੇਸ਼ ਹੁਣ ਇਵੇਂ ਤਿਆਰੀ ਕਰਨ ਲੱਗ ਜਾਵੇ ਤੇ ਇੱਥੇ ਤੁਸੀਂ ਸੋਚ ਸਕਦੇ ਹੋ ਕਿ ਜਿਹੜੀ ਸੰਭਾਵਨਾ ਕਿੱਧਰ ਨੂੰ ਜਾ ਰਹੀ ਹੈ ਬਾਕੀ ਦੇ ਨਾਲ ਹੀ ਤੁਹਾਨੂੰ ਇੱਕ ਹੋਰ ਖਬਰ ਦੱਸੀ ਏਸੀ ਖਬਰ ਦੇ ਨਾਲ ਸਬੰਧਤ ਇਹਦੇ ਵਿੱਚ ਜਿਹੜਾ ਆਰਮੀ ਦੇ ਵੱਲੋਂ ਜਵਾਬ ਆਇਆ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਸਰਕੂਲਰ ਜਾਰੀ ਕੀਤਾ ਗਿਆ ਹੈ ਇਹਦਾ ਯੁੱਧ ਦੇ ਨਾਲ ਕੋਈ ਵੀ ਜਿਹੜਾ ਸਬੰਧ ਨਹੀਂ ਹੈ ਇਹ ਇੱਕੋ ਰੂਟੀਨ ਸਰਕੂਲਰ ਹੈ ਮਤਲਬ ਆਰਮੀ ਇਸ ਦੇ ਵਿੱਚ ਸਫਾਈ ਦੇ ਰਹੀ ਏ ਕਿ ਜਿਹੜਾ ਇਹ ਯੁੱਧ ਦੇ ਨਾਲ ਕੋਈ ਵੀ ਸਬੰਧਤ ਕੰਮ ਨਹੀਂ ਕਰ ਰਿਹਾ ਇਸ ਤੋਂ ਇਲਾਵਾ ਜਿਹੜੇ ਨਾਟੋ ਹੈ ਜੀ ਉਹ ਵੀ ਆਪਣੀ ਐਕਸਰਸਾਈਜ਼ ਵਗੈਰਾ ਨਾਰਵੇ ਦੇ ਵਿੱਚ ਕਰ ਰਿਹਾ ਹੈ ਫਾਈਟ ਐਂਡ ਸਰਵਾਈਵ ਇਨ ਐਨ ਆਰਟਿਕ এনवायरमेंट ਇਹ ਇਹਨਾਂ ਨੇ ਜਿਹੜਾ 슬ੋਗਨ ਰੱਖਿਆ ਹੈ ਮਤਲਬ ਕਿ ਕੀ ਹੈ ਕਿ ਇਹਦਾ ਲੜਾਈ ਵੀ ਕਰਨੀ ਹੈ ਤੇ ਆਪਣੇ ਆਪ ਨੂੰ ਇਸ ਮਾਹੌਲ ਦੇ ਵਿੱਚ ਸਰਵਾਈਵ ਕਿਵੇਂ ਕਰਨਾ ਹੈ ਕਿਵੇਂ ਆਪਣੇ ਆਪ ਨੂੰ ਬਚਾਉਣਾ ਹੈ ਇਸ ਚੀਜ਼ ਜਿਹੜੀ ਟ੍ਰੇਨਿੰਗ ਹੈ ਜੀ ਨਾਰਵੇ ਵਿੱਚ ਵੀ ਹੋ ਰਹੀ ਹੈ ਬਾਕੀ ਹੁਣ ਤੁਹਾਨੂੰ ਇੱਕ ਜਿਹੜੀ ਵਧੀਆ ਖਬਰ ਦੱਸ ਰਿਹਾ ਵਧੀਆ ਖ਼ਬਰ ਇਹ ਹੈ ਕਿ ਤੁਸੀਂ ਕੁਝ ਦਿਨਾਂ ਤੋਂ ਦੇਖ ਰਹੇ ਸੀ ਕਿ ਜੋ ਤੁਸੀਂ ਟੈਂਕੀ ਭਰਉਣ ਦੇ ਵਾਸਤੇ ਜਾਂਦੇ ਸੀ ਪੈਟਰੋਲ ਪੰਪ ਦੇ ਉੱਪਰ ਕਾਰ ਹੋਵੇ ਸਕੂਟਰ ਹੋਵੇ ਜਾਂ ਕੋਈ ਵੀ ਚੀਜ਼ ਹੋਵੇ ਉਸ ਦੇ ਵਿੱਚ ਪੈਟਰੋਲ ਜਾਂ ਡੀਜ਼ਲ ਜਾਂ ਗੈਸ ਵਗੈਰਾ ਤੁਸੀਂ ਭਰਉਂਦੇ ਹੁੰਦੇ ਸੀ ਤੇ ਉਹਦੇ ਵਿੱਚ ਕੀ ਹੁੰਦਾ ਸੀ ਕਿ ਸਾਰਿਆਂ ਨੂੰ ਪੈਸੇ ਜ਼ਿਆਦਾ ਦੇਣੇ ਪੈਂਦੇ ਸਨ ਕਿਉਂਕਿ ਅੱਜ ਜੇ ਅਗਰ ਤੁਸੀਂ 2 ਯੂਰੋ ਦੇ ਹਿਸਾਬ ਦੇ ਨਾਲ ਤੇਲ ਭਰਾਇਆ ਸੀ ਤੇ ਕੱਲ ਨੂੰ ਪਤਾ ਨਹੀਂ ਹੈ ਕਿ ਉਹ 2 ਯੂਰੋ 10 ਸੈਂਟ 2 ਯੂਰੋ 20 ਤੱਕ ਪਹੁੰਚ ਸਕਦਾ ਸੀ। ਪ੍ਰੰਤੂ ਹੁਣ ਇਹਦੇ ਵਿੱਚ ਜਿੱਦਾਂ ਇੱਕ ਖੁਸ਼ਖਬਰੀ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ। ਜਿਵੇਂ ਕਿ ਰੂਸ ਚੂਕਰੇਨ ਦੀ ਚੌਥੇ ਦੌਰ ਦੀ ਗੱਲਬਾਤ। ਤੇ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਚਾਈਨਾ ਦੇ ਵਿੱਚ ਜਿੱਦਾਂ ਕਿ ਜਿਹੜਾ ਬਿਮਾਰੀ ਹੈ ਜਿਹੜੀ ਕੋਵਿਡ ਦੀ ਹੈ ਦੁਬਾਰਾ ਇਸ ਨੇ ਜਿਹੜਾ ਸੈਰ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਤੇ ਕੁਝ ਇਲਾਕਿਆਂ ਦੇ ਵਿੱਚ ਲਾਕਡਾਊਨ ਦੀ ਸਮੱਸਿਆ ਹੋ ਸਕਦੀ ਹੈ। ਇਹਦੇ ਨਾਲ ਵੀ ਜਿਹੜਾ ਇਸ ਚੀਜ਼ ਦੇ ਬਾਰੇ ਸੰ ਜਿਹੜਾ ਪੈਟਰੋਲ ਡੀਜ਼ਲ ਹੈ ਜੀ ਇਸ ਦੀ ਮੰਗ ਘਟ ਸਕਦੀ ਹੈ ਜਦੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਮਾਰਕੀਟ ਦੇ ਵਿੱਚ ਫੈਲੀਆਂ ਇਹਦੇ ਨਾਲ ਕੀ ਹੋਇਆ ਕਿ ਇਟਲੀ ਦੇ ਵਿੱਚ ਵੀ ਜਿਹੜਾ ਪੈਟਰੋਲ ਦਾ ਰੇਟ ਹੈ ਡੀਜ਼ਲ ਦਾ ਰੇਟ ਉਹ ਘਟਣਾ ਸ਼ੁਰੂ ਹੋ ਚੁੱਕਾ ਹੈ ਹੁਣ ਅਗਰ ਤੁਸੀਂ ਕੱਲ ਪੈਟਰੋਲ ਪੰਪਾਂ ਦੇ ਉੱਤੇ ਜਾ ਕੇ ਦੇਖਿਆ ਹੋਵੇਗਾ ਤਾਂ ਪਰਸਨਲ ਉਹ ਜਿਹੜੇ ਰੇਟ ਕੱਲ ਸਨ ਉਹ ਥੋੜੇ ਥੱਲੇ ਜਾ ਚੁੱਕੇ ਸਨ ਜਿਹੜੇ ਕਿ ਇੱਕ ਬਹੁਤ ਹੀ ਵੱਡੀ ਗੁੱਡ ਨਿਊਜ਼ ਹੈ ਇਟਾਲੀਅਨ ਲੋਕਾਂ ਦੇ ਵਾਸਤੇ ਬਾਕੀ ਨੈਕਸਟ ਸਟੋਰੀ ਜਿਹੜੀ ਆਪਣੇ ਯੂਨੈ ਦੇ ਨਾਲ ਸੰਬੰਧਿਤ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਯੂਨ ਦੇ ਮਤਲਬ ਉਹਦੇ ਅਕੋਰਡਿੰਗ ਕੀ ਤਕਰੀਬਨ 30 ਲੱਖ ਲੋਕ ਜਿਹੜੇ ਹਨ ਯੂਕਰੇਨ ਦੇ ਇਸਟੇਮ ਰਫਿਊਜੀ ਬਣ ਚੁੱਕੇ ਹਨ ਹੋਰਨਾਂ ਦੇਸ਼ਾਂ ਦੇ ਵਿੱਚ ਜਿਹੜੇ ਸ਼ਰਨ ਲੈ ਰਹੇ ਹਨ ਇਹਦੇ ਨਾਲ ਹੀ ਜਿਹੜੇ ਤਿੰਨ ਦੇਸ਼ਾਂ ਦੇ ਪ੍ਰਧਾਨ ਮੰਤਰੀ ਜਿਹੜੇ ਪ੍ਰੀਮੀਅਰ ਹਨ ਜਿਦਾਂ ਕਿ ਪੋਲੈਂਡ ਦੇ ਚੈੱਕ ਰਿਪਬਲਿਕ ਤੇ ਦੂਜੇ ਸਲੋਵੇਨੀਆ ਇਹਨਾਂ ਦੇ ਜਿਹੜੇ ਪ੍ਰੀਮੀਅਰ ਜਿਹੜੇ ਕਿ ਪ੍ਰਧਾਨ ਮੰਤਰੀ ਜਿਹੜੇ ਇੱਥੋਂ ਦੇ ਹਨ ਇਹ ਕੀਵ ਦੇ ਵਿੱਚ ਆਲਰੇਡੀ ਪਹੁੰਚ ਚੁੱਕੇ ਹਨ ਹੁਣ ਇਹ ਕੀਵ ਦੇ ਵਿੱਚ ਜਾ ਕੇ ਮਤਲਬ ਕੀ ਕਰਨਗੇ ਮੇਰੇ ਹਿਸਾਬ ਦੇ ਨਾਲ ਜੋ ਸਾਨੂੰ ਲੱਗ ਰਿਹਾ ਹੈ ਕੀ ਜਾ ਕੇ ਜਿਹੜੇ ਉੱਥੋਂ ਦੇ ਰਾਸ਼ਟਰਪਤੀ ਹਨ ਜਿਲੈਂਸਕੀ ਉਹਨਾਂ ਨੂੰ ਜਾ ਕੇ ਸਪੋਰਟ ਕਰਨਗੇ ਤੇ ਇਹ ਗੱਲ ਕਹਿਣਗੇ ਕਿ ਅਸੀਂ ਤੁਹਾਡੇ ਨਾਲ ਹਾਂ ਤੇ ਬਾਕੀ ਥੋੜਾ ਬਹੁਤ ਉੱਥੇ ਦੇਖਣਗੇ ਵੀ ਜਾ ਕੇ ਕੀ ਸਿਸਟਮ ਚੱਲ ਰਿਹਾ ਤੇ ਬਾਕੀ ਜਿਹੜੇ ਨਾਟੋ ਦੇ ਦੇਸ਼ ਵਗੈਰਾ ਹੋਣਗੇ ਬਾਕੀ ਵਲਡਰੂਮ ਵਿਊਜ਼ ਤੇ ਬਾਰੇ ਇਹ ਜਾਣਕਾਰੀ ਦੇਣਗੇ ਇਸ ਤੋਂ ਇਲਾਵਾ ਜਿਹੜੇ ਡਿਪਟੀ ਹੈੱਡ ਹਨ ਜਿਹੜੇ ਕਿ ਪ੍ਰੈਜ਼ੀਡੈਂਟ ਆਫਿਸ ਦੇ ਤਨ ਦੱਸ ਰਹੇ ਜਿਨ੍ਹਾਂ ਦਾ ਨਾਮ ਹੈ ਕੈਰਲ ਤਾਈ ਮਿਸਕੇਨੋ ਇਹਨਾਂ ਦੇ ਹਵਾਲੇ ਨਾਲ ਖਬਰ ਆਈ ਇਹਨਾਂ ਨੇ ਦੱਸਿਆ ਹੈ ਕਿ ਮੌਰੂਪੋਲ ਜਿਹੜਾ ਸ਼ਹਿਰ ਹੈ ਜਿਹਦੇ ਵਿੱਚੋਂ 20000 ਲੋਕਾਂ ਨੂੰ ਬਚਾਇਆ ਗਿਆ ਉਥੋਂ ਕੱਢਿਆ ਗਿਆ ਹੈ 4000 ਪ੍ਰਾਈਵੇਟ ਕਾਰਾਂ ਲਾ ਕੇ 20000 ਲੋਕਾਂ ਨੂੰ ਉਥੋਂ ਬਾਹਰ ਕੱਢਿਆ ਗਿਆ ਮਤਲਬ ਕਿ ਇੱਕ ਕਾਰ ਦੇ ਵਿੱਚ ਅਗਰ 5 ਬੰਦੇ ਬਿਠਾਏ ਗਏ ਤੇ ਇਸ ਤਰ੍ਹਾਂ 4000 ਕਾਰਾਂ ਦੇ ਨਾਲ 20000 ਲੋਕਾਂ ਨੂੰ ਬਚਾਇਆ ਗਿਆ ਨੈਕਸਟ ਗੱਲ ਜਿਹੜੀ ਆਪਣੀ ਅਮਰੀਕਾ ਔਰ ਯੂਕਰੇਨ ਦੇ ਨਾਲ ਸਬੰਧ ਤੇ ਵਿੱਚ ਕੀ ਹੋਇਆ ਕਿ ਅਮਰੀਕਨ ਪ੍ਰੈਜ਼ੀਡੈਂਟ ਜਿਹਨਾਂ ਦਾ ਨਾਮ ਜੋਬ ਬਾਈਡਨ ਹੈ ਇਹਨਾਂ ਨੇ ਇੱਕ ਨਵੀਂ ਜਿਹੜੀ ਘੋਸ਼ਣਾ ਕੀਤੀ ਹੈ ਇਹਨਾਂ ਨੇ ਦੱਸਿਆ ਕਿ 13.6 ਬਿਲੀਅਨ ਦਾ ਜਿਹੜਾ ਲੋਨ ਹੈ ਜੀ ਯੂਕਰੇਨ ਦੇ ਵਾਸਤੇ ਦੁਆਰਾ ਫਿਰ ਦਿੱਤਾ ਜਾਵੇਗਾ ਮਤਲਬ ਨਵੇਂ ਤੌਰ ਤੇ ਲੋਨ ਦਿੱਤਾ ਜਾਵੇਗਾ 80 ਤਨਵੇਂ ਦੱਸਦੀ ਕਿ ਜਿਹੜਾ ਬਾਹਰੀ ਦੇਸ਼ਾਂ ਤੋਂ ਪੈਸਾ ਆ ਰਿਹਾ ਹੈ ਇੱਕ ਲੋਨ ਦੇ ਰੂਪ ਦੇ ਵਿੱਚ ਆ ਰਿਹਾ ਹੈ ਆਧਾਰ ਦੇ ਰੂਪ ਦੇ ਵਿੱਚ ਇਸ ਤੋਂ ਇਲਾਵਾ ਕੀਵ ਦੇ ਵਿੱਚ ਜਿਹੜੇ ਉੱਥੋਂ ਦੇ ਅਥਾਰਟੀਆਂ ਜਿਦਾਂ ਯੂਕਰੇਨ ਦੀਆਂ ਅਥਾਰਟੀਆਂ ਵਗੈਰਾ ਜਿਦਾਂ ਕੀ ਪ੍ਰਸ਼ਾਸਨ ਹੈ ਜੋ ਉੱਥੋਂ ਦਾ ਉਸ ਸ਼ਹਿਰ ਦਾ ਇਸਨੇ ਕੀ ਕੀਤਾ ਕਿ ਡੇਢ ਦਿਨ ਦਾ ਕਰਫਿਊ ਮਤਲਬ 36 ਘੰਟੇ ਜਿਹੜਾ ਕਰਫਿਊ ਹੈ ਜੀ ਇਸ ਨੂੰ ਕੀਵ ਦੇ ਵਿੱਚ ਲਗਾਇਆ ਤਾ ਹੈ ਬਾਕੀ ਕੀਵ ਇਹ ਕਿਹੋ ਜਿਹਾ ਸ਼ਹਿਰ ਹੈ ਜਿਹੜੇ ਆਪਣੇ ਬਹੁਤ ਸਾਰੇ ਇਟਲੀ ਦੇ ਵਿੱਚ ਵੀ ਰਹਿੰਦੇ ਹਨ ਬਹੁਤੇ ਲੋਕ ਇਸ ਜਗ੍ਹਾ ਦੇ ਉੱਤੇ ਜਾ ਚੁੱਕੇ ਹਨ ਜਦੋਂ ਉਹ ਅੱਜ ਤੋਂ ਕਾਫੀ ਸਮਾਂ ਪਹਿਲਾਂ ਛੇ ਪਾਂਦੇ ਥਰੂ ਇਟਲੀ ਦੇ ਵਿੱਚ ਐਂਟਰ ਹੋਏ ਸਨ ਡੋਂਕੀਆਂ ਵਗੈਰਾ ਲਗਾ ਕੇ ਉਸ ਟਾਈਮ ਕੀਵ ਦੇ ਵਿੱਚ ਇੱਕ ਵੱਡੀ ਸਟੇ ਲੋਕ ਕਰਦੇ ਸਨ ਤੇ ਇਥੋਂ ਉਹ ਪੈਦਲ ਹੀ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਇਟਲੀ ਦੇ ਵਿੱਚ ਪਹੁੰਚਦੇ ਸਨ ਬਾਕੀ ਜਿਹੜਾ ਕਰਫਿਊ ਲਗਾਇਆ ਗਿਆ ਹੈ ਇਹ ਵੀਰਵਾਰ ਸਵੇਰੇ 7 ਵਜੇ ਜਿਹੜਾ ਇਟਲੀ ਦੇ ਸਬਾਬ ਨਾਲ ਤੁਹਾਨੂੰ ਟਾਈਮ ਦੱਸ ਰਿਹਾ ਖਤਮ ਹੋਵੇਗਾ ਤੇ ਉੱਥੇ ਜਿਹੜਾ 8 ਵਜੇ ਦਾ ਟਾਈਮ ਹੋਵੇਗਾ ਬਾਕੀ 24 ਮਾਰਚ ਤੇ 25 ਮਾਰਚ ਜਿਹੜੇ ਇਹ ਦੋ ਤਰੀਕਾਂ ਨੇ ਇਹਦੇ ਵਿੱਚ ਕੀ ਹੋਏਗਾ ਕਿ ਬਰਕਸਲ ਦੇ ਵਿੱਚ ਬਰਕਸਲ ਜਿਹੜਾ ਹੈ ਜੀ ਆਪਣੇ ਬੈਲਜੀਅਮ ਦੇ ਵਿੱਚ ਪੈਂਦਾ ਹੈ ਇੱਕ ਸ਼ਹਿਰ ਹੈ ਬਹੁਤ ਸੁੰਦਰ ਸ਼ਹਿਰ ਹੈ ਇੱਥੇ ਇੱਕ ਮੀਟਿੰਗ ਵਗੈਰਾ ਹੋਵੇਗੀ ਇਸ ਮੀਟਿੰਗ ਦੇ ਵਿੱਚ ਜੌਰਪ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਵੱਡੇ-ਵੱਡੇ ਪ੍ਰੈਜ਼ੀਡੈਂਟ ਵਗੈਰਾ ਵੱਡੇ-ਵੱਡੇ ਸਟੇਟਾਂ ਦੇ ਜਿਹੜੇ ਮੁਖੀ ਹੋਣਗੇ ਪਹੁੰਚਣਗੇ ਤੇ ਇਹਦੇ ਵਿੱਚ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਜੋਏ ਬਾਈਡਨ ਹਨ ਇਹ ਵੀ ਇਸ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਵਾਸਤੇ 24-25 ਮਾਰਚ ਨੂੰ ਇੱਥੇ ਪਹੁੰਚ ਸਕਦੇ ਹਨ ਬਾਕੀ ਜਿਹੜੀ ਨੈਕਸਟ ਖਬਰ ਆਪਣੀ ਪੁੱਤਨ ਦੇ ਨਾਲ ਸੰਬੰਧ ਜਿਹੜੇ ਕਿ ਰਾਸ਼ਟਰਪਤੀ ਅਨਰੂਸ ਦੇ ਇਹਨਾਂ ਨੇ ਵੀ ਇੱਕ ਬਿਆਨ ਜਿਹੜਾ ਦਿੱਤਾ ਹੈ ਇਨਾਂ ਨੇ ਆਪਣੇ ਬਿਆਨ ਦੇ ਵਿੱਚ ਦੱਸਿਆ ਹੈ ਯੂਕਰੇਨ ਦੀ ਵਾਰੀ ਇਹਨਾਂ ਨੇ ਗੱਲਬਾਤ ਕੀਤੀ ਹੈ ਜਿਹੜੀ ਬਲੂਮਬਰਗ ਪੱਤਰਕ ਹੈ ਜੀ ਉਸਨੇ ਇਹਨਾਂ ਨੂੰ ਪੁੱਛਿਆ ਸੀ ਜਿਹੜੀ ਏਜੰਸੀ ਸੀ ਤੇ ਉਹਦੇ ਪੱਤਰਕਾ ਦੇ ਜਵਾਬ ਦੇ ਵਿੱਚ ਇਹਨਾਂ ਨੇ ਜਿਹੜੇ ਪੱਤਰਕਾਰ ਨੇ ਜਦੋਂ ਪੁੱਛਿਆ ਤੇ ਇਹਨਾਂ ਨੇ ਦੱਸਿਆ ਕਿ ਜਿਹੜੇ ਪੁਤਿਨ ਸਾਹਿਬ ਨੇ ਕਿ ਜਿਹੜਾ ਯੂਕਰੇਨ ਹੈ ਜੀ ਇਹ ਸੀਰੀਅਸ ਨਹੀਂ ਹੈ ਇਹ ਕੋਈ ਵੀ ਸੋਲੂਸ਼ਨ ਨਹੀਂ ਚਾਹੁੰਦਾ ਇਸ ਚੀਜ਼ ਦੇ ਕਿ ਲੜਾਈ ਕਿਵੇਂ ਖਤਮ ਹੋਵੇ ਇਹ ਕਹਿਣਾ ਹੈ ਰੂਸ ਦੇ ਰਾਸ਼ਟਰਪਤੀ ਪੁਤਿਨ ਦਾ ਹੁਣ ਜਿਹੜੀ ਨੈਕਸਟ ਖਬਰ ਹੈ ਜੀ ਇਹ ਵੀ ਜਾਣੀ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਜੇ ਤੁਸੀਂ ਇਟਲੀ ਦੇ ਵਿੱਚ ਰਹਿੰਦੇ ਹੋ ਤਿਤਨ ਉਤੇ ਦਾ ਸਿਕ ਜਿਹੜੀ ਯੂਕਰੇਨ ਦੇ ਵਿੱਚ ਯੁੱਧ ਚੱਲ ਰਿਹਾ ਹੈ ਰੂਸ ਦੇ ਨਾਲ ਇਹਦਾ ਇਟਲੀ ਦੇ ਉੱਤੇ ਕੀ ਅਸਰ ਪੈ ਰਿਹਾ ਹੈ ਇਟਲੀ ਦੇ ਵਿੱਚ ਆਲਰੇਡੀ ਜਿਹੜੇ ਇੱਥੋਂ ਦੇ ਹੈਲਥ ਮਿਨਿਸਟਰ ਰਵੇਰ ਤੋਂ ਸੁਫਰਾਂਸਾ ਇਹਨਾਂ ਦੇ ਹਵਾਲੇ ਦੇ ਨਾਲ ਇੱਕ ਖਬਰ ਛਪੀ ਹੈ ਉਹਦੇ ਵਿੱਚ ਹੀ ਦੱਸਿਆ ਗਿਆ ਹੈ ਕਿ ਜਿਹੜੇ ਯੂਕਰੇਨ ਤੋਂ ਤਕਰੀਬਨ 40000 ਦੇ ਕਰੀਬ ਜਿਹੜੇ ਲੋਕ ਹਨ ਜਿਹੜੇ ਕਿ ਉੱਥੋਂ ਇਟਲੀ ਦੇ ਵਿੱਚ ਐਂਟਰ ਹੋ ਚੁੱਕੇ ਹਨ ਇੱਥੇ ਤੁਹਾਨੂੰ ਵੀ ਦੱਸ ਜੇ ਕਿ ਯੂਕਰੇਨ ਦੇ ਜਿਹੜੇ ਲੋਕ ਇਟਲੀ ਵਿੱਚ ਐਂਟਰ ਹੋਏ ਹਨ ਇਡਲੀ ਵਿਚਾਰੇ ਇਹਨਾਂ ਦੀ ਗਿਣਤੀ ਬਹੁਤ ਹੀ ਜ਼ਿਆਦਾ ਹੈ 40000 ਦੇ ਕਰੀ ਜਿਹੜੀ ਗਿਣਤੀ ਇੱਥੇ ਪਹੁੰਚ ਚੁੱਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਨੰਬਰ ਜਿਹੜਾ ਹੈ ਜੀ ਹੋਰ ਵੀ ਉੱਚਾ ਉੱਠ ਸਕਦਾ ਹੈ ਇਹ ਕਹਿਣਾ ਹੈ ਇਥੋਂ ਦੇ ਜਿਹੜੇ ਹੈਲਥ ਮਿਨਿਸਟਰ ਵਰਤੂ ਸੁਪਰਾਂਸਾ ਸਾਹਿਬ ਦਾ ਬਾਕੀ ਹੁਣ ਜਿਹੜੇ ਵੀਡੀਓ ਦੇ ਲਾਸਟ ਵਿੱਚ ਆਪਾਂ ਕੇਸ ਵਗੈਰਾ ਦੇਖਦੇ ਹਾਂ ਕਿ ਕੇਸ ਜਿਹੜੇ ਹਨ ਦੁਬਾਰਾ ਵਧਣੇ ਸ਼ੁਰੂ ਹੋ ਚੁੱਕੇ ਹਨ 85289 ਨਵੇਂ ਕੇਸ ਆਏ ਅਤੇ 180 ਲੋਕਾਂ ਦੀ ਮੌਤ ਹੋਈ ਹੈ ਦਾ ਸੋਦੀ ਪੋਸਟ 14.5 ਦੇ ਉੱਤੇ ਜਾ ਚੁੱਕੀ ਹੈ ਇਸ ਤੋਂ ਇਲਾਵਾ ਜਿਹੜੇ ਟੈਂਪੋਨੀ ਇਟਲੀ ਦੇ ਵਿੱਚ ਕੀਤੇ ਗਏ ਨੇ ਉਹਦੀ ਗਿਣਤੀ 587015 ਹੈ ਇਹਦੇ ਜਿਹੜੇ ਕੇਸੇ ਵਧ ਰਹੇ ਨੇ ਤੇ ਪਿੱਛੇ ਜਿਹੜਾ ਮੇਨ ਕਾਰਨ ਇਹ ਹੀ ਲੱਗ ਰਿਹਾ ਕਿ ਇਸ ਟਾਈਮ ਜਿਹੜੇ ਲੋਕਾਂ ਨੇ ਜੀ ਜ਼ਿਆਦਾ ਧਿਆਨ ਨਹੀਂ ਰੱਖ ਰਹੇ ਤੁਸੀਂ ਅਗਰ ਖੁਦ ਵੀ ਚੈੱਕ ਕਰੋਗੇ ਦੇਖੋਗੇ ਕਿ ਲੋਕੀ ਜ਼ਿਆਦਾ ਮਾਸਕ ਦਾ ਧਿਆਨ ਨਹੀਂ ਰੱਖ ਰਹੇ ਤੇ ਲੋਕਾਂ ਨੂੰ ਜਿੱਦਾਂ ਕਿ ਜਿਹੜਾ ਕੋਰੋਨਾ ਇਸ ਟਾਈਮ ਬਹੁਤ ਹੀ ਨਾਰਮਲ ਜੀ ਚੀਜ਼ ਲੱਗ ਰਿਹਾ ਹੈ ਬਾਕੀ ਇਹ ਵੀ ਮਨਾਂ ਦੇ ਵਿੱਚ ਆ ਜਾਂਦਾ ਹੈ ਕਿ ਉਹਨਾਂ ਨੇ ਟੀਕੇ ਵਗੈਰਾ ਲਗਵਾਏ ਹੋਏ ਹਨ ਫਿਰ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕਾਫੀ ਲੋਕ ਇਸ ਟਾਈਮ ਜਿਹੜੇ ਮਰਨ ਵਾਲੇ ਲੋਕ ਹਨ ਇਹਨਾਂ ਦੀ ਗਿਣਤੀ ਵੀ ਕਾਫੀ ਹੈ ਤੇ ਜਿਹੜੇ ਕੇਸ ਨਵੇਂ ਆ ਰਹੇ ਨੇ ਇਹ ਵੀ ਕਾਫੀ ਕੇਸ ਆ ਰਹੇ ਹਨ ਹੁਣ ਚਲਦੇ ਹਾਂ ਜੀ ਆਪਣੀ ਨੈਕਸਟ ਖਬਰ ਤੇ ਨੈਕਸਟ ਖਬਰ ਜਿਹੜੀ ਹੈ ਜੀ ਇੱਕ ਹਰੀ ਚੰਡੀ ਜਿਹੜੀ ਕਿ ਯੂਰਪ ਦੇ ਵੱਲੋਂ ਮਿਲ ਗਈ ਹੈ ਗ੍ਰੀਨ ਲਾਈਟ ਇਹ ਗ੍ਰੀਨ ਲਾਈਟ ਜਿਹੜੀ ਯੂਰਪ ਦੇ ਵੱਲੋਂ ਮਿਲੀ ਹੈ ਇਸ ਕਰਕੇ ਮਿਲੀ ਹੈ ਕਿਹਨੂੰ ਮਿਲੀ ਹੈ ਫੋਰਥ ਪੈਕੇਜ ਜਿਹੜਾ ਕਿ ਸੈਂਕਸ਼ਨ ਦਾ ਫੋਰਥ ਪੈਕੇਜ ਚੌਥਾ ਪੈਕੇਜ ਜਿਹੜਾ ਹੈ ਜਿਹੜਾ ਕਿ ਰੂਸ ਦੇ ਵਾਸਤੇ ਇਹਨਾਂ ਨੇ ਇੱਕ ਰੱਖਿਆ ਇਸ ਨੂੰ ਤੁਸੀਂ ਗਿਫਟ ਨਹੀਂ ਕਹਿ ਸਕਦੇ ਰੂਸ ਵਾਲਿਆਂ ਦੇ ਵਾਸਤੇ ਕੁਝ ਸੈਂਕਸ਼ਨ ਜਿਹੜੇ ਹੁੰਦੇ ਹਨ ਕਿਦਾਂ ਕੀ ਪੁਵੰਧੀਆਂ ਕਹਿ ਸਕਦੇ ਹਾਂ ਚੌਥਾ ਪੈਕੇਜ ਪੁਵੰਧੀਆਂ ਦਾ ਜਿਹੜਾ ਕਿ ਰੂਸ ਦੇ ਵਾਸਤੇ ਇਹਨਾਂ ਨੇ ਤਿਆਰ ਕਰਕੇ ਰੱਖਿਆ ਹੋਇਆ ਹੈ ਇਸ ਨੂੰ ਜਿਹੜੀ ਯੂਰਪ ਦੇ ਯੂਨੀਅਨ ਦੇ ਵੱਲੋਂ ਜਿਹੜੀ ਹੈਜੀ ਗ੍ਰੀਨ ਲਾਈਟ ਮਿਲ ਚੁੱਕੀ ਹੈ ਇਹਦੇ ਨਾਲ ਜਿਹੜੀ ਰੂਸ ਦੇ ਵਿੱਚ ਸਿਚੁਏਸ਼ਨ ਹੈ ਜੀ ਹੋਰ ਜਿਆਦਾ ਖਰਾਬ ਹੋਵੇਗੀ ਉੱਥੇ ਦਾ ਕਰੰਸੀ ਦਾ ਰੇਟ ਜਿਹੜਾ ਡਿੱਗ ਪਵੇਗਾ ਤੇ ਇੰਨੇ ਜਿਆਦਾ ਸਾਲਾਂ ਤੋਂ ਜਿਹੜਾ ਰੂਸ ਟੁੱਟਣ ਤੋਂ ਬਾਅਦ ਹੌਲੀ-ਹੌਲੀ ਜਿਹੜੀ ਉਸਨੇ ਤਰੱਕੀ ਕੀਤੀ ਸੀ ਜਿਹੜੀ ਉੱਥੋਂ ਦੇ ਲੋਕਾਂ ਦੇ ਵਿੱਚ ਅਮੀਰੀ ਆਉਣੀ ਸ਼ੁਰੂ ਹੋਈ ਸੀ ਉਹ ਸਾਰਾ ਕੁਝ ਜੜ ਹੈ ਜਿਹਦੇ ਦੁਆਰਾ ਪਹਿਲੇ ਵਾਲੇ ਲੈਵਲ ਦੇ ਉੱਤੇ ਪਹੁੰਚ ਸਕਦਾ ਹੈ। ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ। ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਿਆ ਕਰੋ। ਚੈਨਲ ਨੂੰ ਜੇ ਸਬਸਕ੍ਰਾਈਬ ਕਰ ਲਿਆ ਹੈ ਤਾਂ ਬੈਲ ਆਈਕਨ ਨੂੰ ਜ਼ਰੂਰ ਦਬਾਈਓ। ਇਹਦੇ ਨਾਲ ਹੀ ਜਿਹੜੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇਗੀ। ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।